जगजीत सिंह जी दोनों सानू एक नाटक वहंगी नाटक सानू पेश करनगे जिस विच टीचर जो स्टूडेंट रिलेशन के बारे भी कुछ ना कुछ दसनगे। मैं समझदा भी उन्हां दा साढ़े स्कूल दे विच आउण ते बहुत बहुत स्वागत किया जाता है और सानू उम्मीद है जो नाटक पेश कर जा रहे हैं बहुत वधिया दिलकश और समझन योग होगा। तुसी ध्यान ना बैठ के वधिया तरीके नाल बेटे समझना है, ठीक है। आवाज़ नहीं किसी भी स्टूडेंट की आनी चाहिए, ठीक है, वधिया ढंग नाल। ओके जी, थैंक्स। आवाज नहीं पुत। अच्छा हूँ आपस में किसी ने गल नहीं करनी, 10-15 मिनट सू सुन दो, उस तो बाद दिल किया तो गल कर लो जी। पहली गल मेरी गरंटी आ, थोड़ा दिल नहीं करना आपस में गल करूँ, साड़ी गल सुन दिल करूंगा थोड़ा। जिवें कि सर ने तुम दसिया कि असी पंजाबी यूनिवर्सिटी पटियाला दे थिएटर एंड टैलीविजन डिपार्टमेंट के पास आउट स्टूडेंट हाँ। अब थोड़ू इतने एक नुक्कड़ नाटक दिखाए हैं, की दिखाए आ कोई गल नी, मैं दस दिंदा। एक तां जिवें अपने टीवी सीरियल हुंदे आ जिवें के गोपी बहू है ना, ਉਹਦੇ ਵਿੱਚ ਜੇ ਕੋਈ ਪੁਲਿਸ ਵਾਲੀ ਵਰਦੀ ਪਾ ਕੇ ਆਉਂਦਾ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਇਹ ਪੁਲਿਸ ਵਾਲਾ, ਜੇ ਕੋਈ ਡਾਕਟਰ ਦੀ ਡਰੈਸ ਪਾ ਕੇ ਆਉਂਦਾ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਡਾਇਰੈਕਟਰ ਡਾਕਟਰ ਆ। ਪਰ ਨੁੱਕੜ ਨਾਟਕ ਵਿੱਚ ਇਵੇਂ ਨਹੀਂ ਹੁੰਦਾ। ਨੁੱਕੜ ਨਾਟਕ ਵਿੱਚ ਅਸੀਂ ਤੁਹਾਡੇ ਸਾਹਮਣੇ ਲਾਈਵ ਪਰਫਾਰਮੈਂਸ ਕਰਾਂਗੇ, ਇਹਨਾਂ ਕੱਪੜਿਆਂ ਵਿੱਚ ਹੀ ਕਰਾਂਗੇ। ਤੁਹਾਨੂੰ ਪਤਾ ਲੱਗ ਜੂਗਾ ਸਾਡੀ ਆਵਾਜ਼ ਦੀ ਵੇਰੀਏਸ਼ਨ ਤੋਂ, ਸਾਡੇ ਜੈਸਚਰ ਪੋਸਚਰ ਤੋਂ ਕਿ ਕਿਹੜੇ ਟਾਈਮ 'ਤੇ ਕਿਹੜਾ ਕਰੈਕਟਰ ਹੋ ਰਿਹਾ। ਜੇ ਕੋਈ ਪਿਓ ਬਣ ਕੇ ਆ ਰਿਹਾ ਤੁਹਾਨੂੰ ਪਤਾ ਲੱਗ ਜੂਗਾ ਕਿ ਇਹ ਪਿਓ ਬਣ ਕੇ ਆ ਗਿਆ। ਸਾਡੇ ਕੋਈ ਮੇਕਅਪ ਨਹੀਂ ਹੋਊਗਾ, ਕੋਈ ਦਾੜੀ ਨਹੀਂ ਲੱਗੀ ਹੋਊਗੀ, ਕੋਈ ਡਰੈਸ ਨਹੀਂ ਹੋਊਗੀ, ਪਰ ਤੁਹਾਨੂੰ ਸਮਝ ਆਊਗੀ ਕਿਹੜੇ ਟਾਈਮ 'ਤੇ ਕਿਹੜਾ ਕਰੈਕਟਰ ਆ ਰਿਹਾ, ਠੀਕ ਹੈ, ਕਿਹੜੇ ਟਾਈਮ 'ਤੇ ਸਟੂਡੈਂਟ ਆ ਰਿਹਾ, ਕਿਹੜੇ ਟਾਈਮ 'ਤੇ ਟੀਚਰ ਆ ਰਿਹਾ, ਠੀਕ ਹੈ। ਅਤੇ ਇਸੇ ਨੂੰ ਨੁੱਕੜ ਨਾਟਕ ਕਹਿੰਦੇ ਆ, ਜਿਹੜਾ ਬਿਨਾਂ ਮਾਈਕ ਤੋਂ, ਬਿਨਾਂ ਮੇਕਅਪ ਤੋਂ, ਬਿਨਾਂ ਲਾਈਟਿੰਗ ਤੋਂ ਤੁਹਾਡੇ ਸਾਹਮਣੇ ਲਾਈਵ ਇੱਥੇ ਪਰਫੋਰਮ ਕੀਤਾ ਜਾਊਗਾ ਉਹਨੂੰ ਨੁੱਕੜ ਨਾਟਕ ਕਹਿੰਦੇ ਆ, ਤੁਹਾਨੂੰ ਸਮਝ ਆ ਜੂਗਾ। ਅਤੇ ਜਿਹੜਾ ਨਾਟਕ ਦਿਖਾਉਣਾ ਆ ਇਹਦਾ ਨਾਮ ਆ ਵਹਿੰਗੀ। ਕੀ ਆ? ਵਹਿੰਗੀ। ਉੱਚੀ ਆਵਾਜ਼ ਬੋਲੋ। ਜ਼ਿੰਦਗੀ ਵਿੱਚ ਇੰਨੀ ਕੁ ਐਨਰਜੀ ਜ਼ਰੂਰ ਰੱਖਿਆ ਕਰੋ ਜੀ, ਹਜੇ ਤਾਂ ਸੁਬਹ ਸੁਬਹ ਦਾ ਟਾਈਮ ਆ, ਹੁਣ ਤਾਂ ਬਹੁਤ ਜ਼ਿਆਦਾ ਹੋਣੀ ਚਾਹੀਦੀ ਐਨਰਜੀ ਤੁਹਾਡੇ 'ਚ। ਨੁੱਕੜ ਨਾਟਕ ਦਾ ਨਾਮ ਕੀ ਆ? ਵਹਿੰਗੀ। ਹਾਂ, ਵਹਿੰਗੀ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਹੁੰਦੀ ਆ? ਕੋਈ ਗੱਲ ਨਹੀਂ, ਮੈਂ ਦੱਸ ਦਿੰਦਾ। ਬਹੁਤ ਟਾਈਮ ਪਹਿਲਾਂ ਇੱਕ ਸਰਵਣ ਨਾਂ ਦਾ ਬੰਦਾ ਹੋਇਆ ਜਿਹੜਾ ਆਪਦੇ ਅੰਨੇ ਮਾਂ ਪਿਓ ਨੂੰ ਤੀਰਥ ਯਾਤਰਾ 'ਤੇ ਲੈ ਕੇ ਗਿਆ ਸੀ। ਉਹਨਾਂ ਨੂੰ ਤੱਕੜੀ 'ਤੇ ਬਿਠਾ ਕੇ, ਇੱਕ ਪਾਸੇ ਪਿਓ ਨੂੰ, ਇੱਕ ਪਾਸੇ ਮਾਤਾ ਨੂੰ, ਉਸੇ ਤੱਕੜੀ ਨੂੰ ਵਹਿੰਗੀ ਕਹਿੰਦੇ ਆ। ਜਿਹੜਾ ਨਾਟਕ ਤੁਹਾਨੂੰ ਦਿਖਾਉਣਾ ਆ ਇਹਦੇ ਵਿੱਚ ਵੀ ਇੱਕ ਸਰਵਣ ਦੀ ਕਹਾਣੀ ਆ, ਪਰ ਉਹ ਅੱਜ ਦੇ ਸਰਵਣ ਦੀ ਕਹਾਣੀ ਆ। ਅੱਜ ਕੱਲ੍ਹ ਦੇ ਜਿਹੜੇ ਸਰਵਣ ਆ ਉਹਨਾਂ ਦੀ ਕਹਾਣੀ ਆ, ਪੁਰਾਣੇ ਸਰਵਣ ਦੀ ਨਹੀਂ। ਅਤੇ ਬੇਟਾ ਚੁੱਪ ਰੱਖ, ਥੋੜ੍ਹੇ ਟਾਈਮ ਲਈ ਚੁੱਪ ਹੋ ਜਾਓ, ਤੁਹਾਨੂੰ ਮਜ਼ੇ ਫੁੱਲ ਆਉਣਗੇ। ਨਾਟਕ ਫੁੱਲ ਕਮੇਡੀ ਆ, ਜਿੱਥੇ ਹਾਸਾ ਹੋਵੇ ਤਾੜੀ ਮਾਰ ਕੇ ਹੱਸੋ, ਭਾਵੇਂ ਲਿਟ ਕੇ ਹੱਸੋ, ਪਰ ਜਿੱਥੇ ਗੱਲ ਸਮਝਣ ਵਾਲੀ ਹੋਈ, ਜਿੱਥੇ ਗੱਲ ਸੁਣਨ ਵਾਲੀ ਹੋਈ, ਸਮਝਣ ਵਾਲੀ ਹੋਈ, ਉਹ ਚੁੱਪ ਕਰਕੇ ਸੁਣਨੀ ਆ, ਵੀਰ ਬਣ ਕੇ ਡਿਸਟਰਬ ਨਹੀਂ ਕਰਨਾ, ਠੀਕ ਹੈ। ਤੁਹਾਨੂੰ ਨਿਆਰੇ ਆਉਣਗੇ ਮੇਰੀ ਗਰੰਟੀ ਆ, ਬਸ ਇੱਕ ਗਰੰਟੀ ਤੁਸੀਂ ਲੈਣੀ ਹੈ ਕਿ ਚੁੱਪ ਰੱਖਣਾ ਆਪਦੇ ਆਪ। ਅਤੇ ਅਗਲੇ 20-25 ਮਿੰਟ ਤੁਸੀਂ ਸੋਚਣਾ ਕਿ ਸਾਡੇ ਦੋਵਾਂ ਦੇ ਵਿਆਹ 'ਤੇ ਆਏ ਹੋ, ਫੁੱਲ ਨਜ਼ਾਰੇ ਲੈਣੇ ਆ, ਫੁੱਲ ਤਾੜੀਆਂ ਮਾਰਨੀਆਂ, ਫੁੱਲ ਹੱਸਣਾ, ਪਰ ਖਾਣ ਨੂੰ ਕੁਛ ਨਹੀਂ ਮਿਲਣਾ, ਠੀਕ ਹੈ। ਦੂਸਰੀ ਗੱਲ, ਬਸ ਅਗਲੇ 10 ਮਿੰਟ ਦਊਂਗਾ ਤੁਹਾਨੂੰ ਮੈਂ ਚੁੱਪ ਰਹੋ ਜੇ, ਤੁਹਾਨੂੰ ਨਜ਼ਾਰੇ ਫੁੱਲ ਆਉਣਗੇ। ਕਮੇਡੀ ਨਾਟਕ ਆ, ਕੋਈ ਸਟ੍ਰੈਸ ਵਾਲੀ ਗੱਲ ਨਹੀਂ, ਕੋਈ ਨਹੀਂ ਕਿ ਆਪਾਂ ਯਾਰ ਸਾਥੀ ਕਹਿਣਗੇ ਸੀ ਇੰਨਾ ਮੈਂ ਨਹੀਂ, ਤੁਹਾਨੂੰ ਫੁੱਲ ਨਜ਼ਾਰੇ ਆਉਣਗੇ, ਫੁੱਲ ਹੱਸਣਾ, ਜਿੱਥੇ ਤੁਹਾਡਾ ਦਿਲ ਕਰੇ ਕਿ ਯਾਰ ਗੱਲ ਸਿਆਣੀ ਆ, ਤਾੜੀ ਮਾਰ ਨੂੰ ਜੀ ਕਰਾ, ਜੀ ਕੀਤਾ ਉੱਥੇ ਤਾੜੀ ਮਾਰੋ, ਤਾੜੀ ਮਾਰੋ ਜ਼ਰੂਰ। ਸਾਨੂੰ ਵੀ ਹੌਸਲਾ ਦਿਓ ਜੇ, ਜਿੱਥੇ ਗੱਲ ਸੁਣਨ ਵਾਲੀ ਹੋਈ, ਸਮਝਣ ਵਾਲੀ ਹੋਈ, ਜਿੱਥੇ ਤੁਹਾਡਾ ਦਿਲ ਕੀਤਾ ਤਾੜੀ ਮਾਰਨੀ ਆ, ਤੂੰ ਤਾੜੀ ਮਾਰਿਓ ਜੇ। ਅਤੇ ਆਪਾਂ ਨਾਟਕ ਸਟਾਰਟ ਕਰੀਏ ਹੁਣ, ਠੀਕ ਹੈ ਜੀ, ਨਾਟਕ ਸਟਾਰਟ ਕਰ ਦਿਓ। ਗੱਲ ਨਹੀਂ ਕਰਨੀ, 20-25 ਮਿੰਟ ਚੁੱਪ ਕਰਕੇ ਬੈਠ ਜਾਓ, ਜਿੱਥੇ ਗੱਲ ਸਮਝਣ ਵਾਲੀ ਆ ਤੁਹਾਨੂੰ ਸਾਰਾ ਕੁਝ ਦੱਸਤਾ, ਉੱਥੇ ਸਮਝ ਲਓ ਜੇ। ਜਿੱਥੇ ਤਾੜੀ ਮਾਰਨ ਵਾਲੀ ਗੱਲ ਹੋਈ ਉੱਥੇ ਤਾੜੀ ਮਾਰ ਲਓ ਜੇ, ਹੱਸੋ ਜੇ, ਮਜ਼ੇ ਲਓ ਜੇ, ਫੁੱਲ
ਸੋ ਆਪਾਂ ਬਿਨਾਂ ਦੇਰੀ ਦੇ ਨਾਟਕ ਸ਼ੁਰੂ ਕਰਨ ਲੱਗੇ ਹਾਂ ਤਾਂ ਹਾਜ਼ਰੀਨ ਪੇਸ਼ ਕਰਨ ਲੱਗੇ ਹਾਂ ਦੀਪ ਤਕਦੀਪ ਦਾ ਲਿਖਿਆ ਹੋਇਆ ਨਾਟਕ ਵੈਂਗੀ ਤਾਂਡੇ ਮਾਰੇ क्योंकि मेरी पीएचडी की हुई है ते मैं आप दे आपनूं कहना डॉक्टर बेरोजगार सरवण क्योंकि काम है नहीं कोई फिर मैं सोचा कोई नवा काम शुरू करते हैं ते इत्थे मैं अज एक नवा काम ही शुरू करना है नवा काम की मैं लाउन लग्या रेडी हाँ जी रेडी होना पिज्जे गोलगप्पे बर्गर नहीं मैं रेडी लाउन लग्या आप दिया चिकरिया इन्हों का मेरे कोई काम एक दिन मेरी माता सारे सर्टिफिकेट कट्ठे करके चूल्हे च डाउन लगी मैं माता नूं आखिया माता ये की करती है तो कहती हाँ माता उच्चा सुनता सी मैं उच्ची आवाज किया ओ माता मेरे सर्टिफिकेट डिग्रिया बड़ी मेहनत ना हासिल की चूल्हे च ना साड़ तो कहती हाँ माता चार जमाता पड़ी सी आप लिख के देता भी लिख के समझ आ जूगी पढ़ के समझ आ जूगी इन्हें चूल्हे च नहीं साड़ना जो लिख के दिता तो माता गंभीर चेहरे नाल कहिंदी पुत सोचा सी ए डिग्रियां तेरी सारी उम्र की रोटी बन गया सारी उम्र की बनी गई मैं सोचा एक डंग दी बना ला एक दिन का कमाल ही हो गया मेरा बापू अठवीं का सर्टिफिकेट चक के आपका कन्न खुरकदा Thank you.
ਉੱਥੇ ਕਰਦਾ ਸੀ ਉੱਥੇ ਜੀ ਹਾਂ ਪ੍ਰਿੰਡਾਂ ਦੀ ਗਿਣਤੀ ਮਾਰਦਾ ਸੀ ਮਾਰਦੀ ਗਿਣਤੀ ਹਾਂਜੀ ਤੇ ਤੈਨੂੰ ਮੈਂ ਟੇਬਲ ਯਾਦ ਕਰਕੇ ਉਹਨੂੰ ਕਿਹਾ ਸੀ ਯਾਦ ਕਰਕੇ ਆਇਆ ਯਾਦ ਹੈ ਜੀ ਪੱਕਾ ਹਾਂਜੀ ਸੁਣਾ ਫਿਰ ਹੁਣੇ ਤਿਆਰ ਹੋ ਜੀ ਹਾਂ ਹਾਂ ਤਿਆਰ ਆ ਸੁਣਾ ਸਾਈਡ ਤੋਂ ਵੇ ਹਾਂ ਤਿਆਰ ਹੋ ਇੱਕ ਦੋਣੇ ਦਾਣੇ ਚਿੰਟੂ ਸੂਸਾਈਡ ਕਰ ਲੈਂਦਾ
बच्चा पढ़ता नहीं ते असी पढ़ाउणे ही नहीं असी तां आपदे चिंटू नूं भेजणा कनेडा ਪੜਾਈ ਹੁੰਦੀ ਆ
वेले थोड़े वन थोड़े जिद्दे सी गल उपर दी लंघ गई कि चीज ओदी क्यों नहीं होंगी जिन्हें बनाई होंगी आ। एक मजदूर एडे वड्डे वड्डे स्कूल खड़े करता पर आपका बच्चा उत्थे पढ़ नहीं पाता। एक मजदूर एडे वड्डे वड्डे हस्पताल खड़े करता पर आपका परिवार उत्थे इलाज नहीं करा पाता। एक मजदूर सारे देश का ढिड भरता पर आपका परिवार उसका भुखा मर जाता, उन्हें सुसाइड करना पैंदा। वाकई चीज ओदी होनी चाहिए जिन्हें बनाई होंगी आ, ओदी होनी चाहिए जिन्हें बनाई होंगी आ पर ओदी होंदी नहीं। खैर मैं तुम दस रहा सी कि मैं दसवीं की, दसवीं तो बाद आई ग्यारहवीं, ग्यारहवीं तो बाद बारहवीं, फिर बोर्ड की बारहवीं मैं दो साल की किमें की तुम मैं बाद दसदा। पहले मैं इतने डिग्रियां बेच लाँ, भाई काम भी जरूरी है, नाटक बाद कर लेंगे। डिग्री लै भी, एक तो यार आ बाहर जान वाले ने ना देश की जखना वड्डी पई आ, जेड़ा देखो गलत सही तरीके ना बस बाहर जान फिरदा, बाहर जाना बाहर जाना। पहला हुंदा सी कि एक धी भैन की इज्जत पिछे लड़ाई हो जाती सी, अजकल उसे धी भैन नू बुजुर्ग आदमी ना व्याह के सारा टब्बर उहदी इज्जत ते सवार होके बाहर जान नू फिरदा। पर आ सिंगर जे ना सच्ची गल ही कहिंदे हुंदे आ, आ गया नहीं हुई बिलो टाइम, वो टाइम आने वाला जो साडे नौजवान नशे करके मंजां ते पए होणगे ते साडियां धीआं भैणां दी इज्जत बचाउण वाला कोई नहीं होगा बई, वो टाइम आने वाला। खैर मैं थोड़ा दस रहा सी कि प्लस टू मैं दो सालों में की, दो सालों में क्यों, क्योंकि प्लस टू में रहन लग गया मैं सख्त बीमार। जदों चैकअप कराया तो डॉक्टर कहता तेरिया किडनिया में प्रॉब्लम आ, ऑपरेशन करना पऊ। ऑपरेशन हो भी गया पर मेरे तो बारहवीं के इम्तिहान नहीं दिते गए। मेरा दिल इन्ना उदास सी कि दिल करता कि सुसाइड कर लवा यार, एक साल की मेहनत खराब हो गई है मेरी, इन्ना पढ़िया मैं मिलया की आ, मेरे इम्तिहान दिते नहीं गए। पर मेरे मास्टर जी जेडे मैनू प्यार करते सी, मैनू मिल हस्पताल भी आते, मेरा चेहरा पढ़ के ताड़ गए कि मेरे दिल में चलता की पाया। हाँ भी छबे की हाल है हम तेरा, किमें उदास जा बैठा यार। अच्छा तो जनाब का साल मारिया गया इस करके, तो फिर कितनी गल है यार, वो जदों मैं तेरे जिड्डा हुंदा सी ना मेरे दो साल मारे गए सी, मेरा भी जी करता सी कि मैं सुसाइड कर लां, पर मैनू मेरे मास्टर जी ने एक ही गल समझाउंदे सी, वो पता की कहिंदे सी, वो कहिंदे हुंदे सी कि बेहिम्मते ने जेड़े बह के शिकवा करन मुकद्दरां दा उगण वाले उग पैंदे ने सीना पार के पत्ता। तेरे सामने अज तक पिक्चर लगा होया मैं, तो तू तां मेरे तो भी ज्यादा शहर है, तू कदों टेंशन लई बैठा, तू ठीक कोशिश ना जल्दी तू जल्दी आप रल के मेहनत करांगे पुत्त। ठीक है सर जी, मैंने एक गल समझ आई, तुम टाइम सिर स्कूल आने हो, टाइम सिर बच्चों पढ़ाने हो, पर मैं मिलने का टाइम किमें कढ़ लैंदे हो। टीचर होना बड़े ही माण वाली गल है, चाहे कोई साइंटिस्ट बन जाए, डॉक्टर बन जाए, इंजीनियर बन जाए, जज बन जाए, वकील बन जाए, इन्हें सारे एक टीचर को होकर लंघना पैंदा। तो नाले जो तेरी जगह पर मेरा आपका बच्चा होंदा मैं उन्हें ना मिल लाऊंगा, तो जे असी तनखावां लई पढ़ाउण लग गए तो तुहाडे च जज़्बात असी किवें पैदा करांगे बच्चे। वो तू घबरा ना, छेती तो छेती ठीक हो जा, आप रल के मेहनत करनी छिरा, पर ठीक हो गए घर आ गए। उस दिन मेरे मास्टर जी के हौसले सदका मैं सुसाइड का प्लान त्याग दिता। मैं सोचा यार मेहनत करांगे, जो मास्टर जी मेरे नाल ने पी एच डी तक करांगे, मेहनत करांगे, की साल मारिया गया। तो मैं फिर मेहनत की, पी एच डी तक कर लिया, सारिया डिग्रियां फर्स्ट डिवीजन कीतिया, पर पी एच डी कर तो बाद फिर किसी ने नौकरी वाली बाह नहीं करी। साल बीत गया, दो साल बीत गए, साड़ी किसी ने बाह नहीं करी, मेरा दिल फिर उदास रहन लग गया। मैनू फिर उस बंदे की याद आई जिन्हें जिंदगी में हमेशा मैनू हौसला दिता सी, उह सी मेरे मास्टर जी। पर इस बारी जो उन्होंने कोले गया तो उन्होंने खुद का हौसला डोलिया होया। सारे बच्चे बराबर लगन, अगो पता मैं कहता मास्टर जी थोड़ा काम पढ़ा पढ़ाने तक ध्यान दो,
ਮੈਨੂੰ ਸਮਝ ਨਹੀਂ ਆਉਂਦੀ ਤੇ ਉਹਦੇ ਮਾਂ ਪਿਓ ਨੇ ਬੱਚਾ ਇਹ ਕਹਿ ਕੇ ਸਕੂਲ ਹਟਾ ਲਿਆ ਕਿ ਅਸੀਂ ਨਹੀਂ ਆਪਦਾ ਬੱਚਾ ਇੱਥੇ ਪੜ੍ਹਾਉਣਾ ਸਾਡੇ ਕੋਲ ਹੋਰ ਬੜੇ ਸਕੂਲ ਨੇ ਉਹ ਮੈਨੂੰ ਸਮਝ ਨਹੀਂ ਆਉਂਦੀ ਯਾਰ ਵੀ ਜਜ਼ਬਾਤ ਕਿੱਥੋਂ ਲਿਆਓਗੇ ਤੁਸੀਂ ਚੰਗੇ ਨੰਬਰ ਦਵਾ ਲਓਗੇ ਬੱਚਿਆਂ ਨੂੰ ਜਜ਼ਬਾਤ ਕਿੱਥੋਂ ਲਿਆਓਗੇ ਤੁਸੀਂ ਤੇ ਮੈਨੂੰ ਸਮਝ ਨਹੀਂ ਆ ਰਹੀ ਵਿਦਿਆ ਵਿਚਾਰੀ ਪਰਉਪਕਾਰੀ ਪਰ ਜਦੋਂ ਤੁਸੀਂ ਬੱਚਿਆਂ ਨੂੰ ਵਿਦਿਆ ਵਿਚਾਰਨ ਦਾ ਟਾਈਮ ਨਾ ਦਿਓਗੇ ਤਾਂ ਫਿਰ ਪਰਉਪਕਾਰ ਕਿੱਥੋਂ ਭਾਲਦੇ ਨੇ ਲੋਕ ਇਹ ਪਰਉਪਕਾਰ ਕਿੱਥੋਂ ਭਾਲਦੇ ਨੇ ਲੋਕ ਉਸ ਦਿਨ ਪਹਿਲੀ ਵਾਰੀ ਮੈਂ ਮੇਰੇ ਮਾਸੀ ਦਾ ਹੌਸਲਾ ਡੋਲਿਆ ਦੇਖਿਆ ਉਹਨਾਂ ਦਾ ਹੌਸਲਾ ਉਹਨਾਂ ਦਾ ਭਰੋਸਾ ਟੁੱਟਿਆ ਦੇਖਿਆ ਪਰ ਉਹਨਾਂ ਦਾ ਭਰੋਸਾ ਕਿਸੇ ਇੱਕ ਸਟੂਡੈਂਟ ਨੇ ਨਹੀਂ ਤੋੜਿਆ ਆਪਾਂ ਸਾਰਿਆਂ ਨੇ ਮਿਲ ਕੇ ਹਰਾਇਆ ਉਹਨਾਂ ਨੂੰ ਆਪਣੇ ਸਮਾਜ ਨੇ ਮਿਲ ਕੇ ਹਰਾਇਆ ਉਹਨਾਂ ਨੂੰ ਉਹਨਾਂ ਦਾ ਭਰੋਸਾ ਤੋੜਿਆ ਤੇ ਕਿਸੇ ਦਾ ਭਰੋਸਾ ਤੋੜਨਾ ਉਹਦਾ ਕਤਲ ਕਰਨ ਦੇ ਬਰਾਬਰ ਹੁੰਦਾ ਯਾਦ ਰੱਖਿਓ ਜੇ ਖੈਰ ਤੁਹਾਨੂੰ ਇੱਕ ਫ੍ਰੀ ਦੀ ਸਲਾਹ ਦੇਵਾਂ ਤੁਸੀਂ ਵੀ ਨਾ ਰਹਿੰਦੇ ਟਾਈਮ ਬਾਹਰ ਚਲੇ ਜਾਓ ਇੱਥੇ ਕੀ ਰੱਖਿਆ ਜਾ ਬਾਹਰ ਚਲੇ ਜਾਓ ਤੁਸੀਂ ਵੀ ਉਹ ਫਿਰ ਕੀ ਆ ਗਦਰੀ ਯੋਧੇ ਸਾਡੀਆਂ ਰਗਾਂ ਵਿੱਚੋਂ ਆਪਣਾ ਖੂਨ ਲੱਭਣ ਦੀ ਕੋਸ਼ਿਸ਼ ਕਰਨਗੇ ਫਿਰ ਕੀ ਆ ਭਗਤ ਸਿੰਘ ਸਵਾਲੀਆਂ ਨਜ਼ਰਾਂ ਨਾਲ ਸਾਡੇ ਵੱਲ ਵੇਖੂਗਾ ਫਿਰ ਕੀ ਆ ਯਾਰ ਚਲੇ ਜਾਓ ਬਾਹਰ ਮਾਫ਼ ਕਰ ਦਿਓ ਭਗਤ ਸਿੰਘ ਨੂੰ ਮਾਫ਼ ਕਰ ਦਿਓ ਆਪਣੇ ਗੁਰੂਆਂ ਨੂੰ ਮਾਫ਼ ਕਰ ਦਿਓ ਗਦਰੀ ਯੋਧਿਆਂ ਨੂੰ ਤੇ ਮਾਫ਼ ਕਰ ਦਿਓ ਮੈਨੂੰ ਜੇ ਜ਼ਿਆਦਾ ਬੋਲ ਗਿਆ ਹੋਵਾਂ ਪਰ ਇਹ ਮੈਂ ਨਹੀਂ ਬੋਲ ਰਿਹਾ ਮਾਸਟਰ ਜੀ ਦੇ ਭਰੇ ਹੋਏ ਵਿਚਾਰ ਬੋਲ ਰਿਹਾ ਮੇਰੇ ਵਿੱਚ ਆਪਾਂ ਤੁਹਾਡੇ ਤੋਂ ਕੀ ਲੈਣਾ ਤੁਸੀਂ ਮੇਰੇ ਤੋਂ ਕੀ ਲੈਣਾ ਮੈਂ ਡਿਗਰੀਆਂ ਵਿੱਚ ਨਾ ਸੀ ਡਿਗਰੀਆਂ ਵਿੱਚ ਨਾ ਬਾਈ ਚੰਗਾ ਬਾਈ ਡਿਗਰੀ ਲੈ ਫਿਰ ਡਿਗਰੀ ਲੈ ਪਲੱਸ ਟੂ ਦਾ ਸਰਟੀਫਿਕੇਟ ਲੈ ਡਿਗਰੀ ਲੈ ਡਿਗਰੀ ਲੈ ਓ ਯਾਰ ਕੀ ਕਰੀ ਜਾਂਦੇ ਆ ਤੂੰ ਭੋਲੇ ਦੀ ਨਾ ਨਹੀਂ ਡਿਗਰੀਆਂ ਵਿੱਚ ਹੀ ਆਣਾ ਤੇ ਬੇਵਕੂਫਾ ਡਿਗਰੀਆਂ ਕਿਉਂ ਵੇਚਦਾ ਮੇਰੇ ਕੰਮ ਆਉਣੀਆਂ ਕੀ ਕੰਮ ਆਉਣਗੀਆਂ ਓ ਯਾਰ ਆਪਾਂ ਧਰਨਾ ਨਹੀਂ ਲਾਇਆ ਸੀ ਜਿਹੜਾ ਆਹੋ ਤੂੰ ਤਾਂ ਭੱਜਿਆ ਉੱਥੋਂ ਤੇਰੀ ਸ਼ਰਟ ਕੀ ਪਾਟ ਗਈ ਪਰ ਅਸੀਂ ਵੀਰੇ ਸੰਘਰਸ਼ ਜਾਰੀ ਰੱਖਿਆ ਉੱਤੇ ਤੇ ਮਾਸਟਰ ਜੀ ਵੀ ਨਾਲ ਹੀ ਸੀ ਆਪਣੇ ਉੱਤੇ ਅੱਛਾ ਯਾਰ ਹਾਂ ਤੇ ਉਹਨਾਂ ਨੇ ਆਪਣੀਆਂ ਮੰਗਾਂ ਮੰਨੀਆਂ ਯਾਰ ਬਾਈ ਮੰਗਾਂ ਮੰਨੀਆਂ ਆਪਣੀਆਂ ਤੇ ਆਪਾਂ ਨੂੰ ਨੌਕਰੀ ਮਿਲ ਗਈ ਯਾਰ ਮਾਸਟਰ ਜੀ ਨੇ ਭੇਜਿਆ ਕਹਿੰਦੇ ਵੀ ਛੱਬੇ ਨੂੰ ਲੈ ਕੇ ਆ ਜਲਦੀ ਤੋਂ ਜਲਦੀ ਤੇ ਆਪਾਂ ਤੁਹਾਡੀ ਦੋਵਾਂ ਤੋਂ ਲੈਣੀ ਆ ਪਾਰਟੀ ਪਾਰਟੀ ਦੇ ਦਾਂਗੇ ਮਾਸਟਰ ਜੀ ਨੂੰ ਯਾਰ ਕਿੱਡੀ ਗੱਲ ਆ ਤੈਨੂੰ ਹੀ ਬੁਲਾਉਣ ਆਇਆ ਆ ਨਾ ਵੀਰੇ ਚੱਲ ਵੀਰੇ ਬਈ ਸਿੰਘ ਜੀ ਵੇ ਸੁੰਦਰ ਜਾਰੀ ਰੱਖੋ ਜੇ ਤੁਹਾਨੂੰ ਵੀ ਨੌਕਰੀ ਮਿਲੂਗੀ ਪਾਰਟੀ ਚ ਸਪਾਰ ਕਰਨ ਦੇ ਭੁੱਲ ਕੇ ਥੈਂਕਿਊ ਕਰ ਲਿਆ ਵੀ ਚੰਗਾ ਬਾਈ ਨਾਟਕ ਸਮਝ ਆਇਆ ਸਾਰਿਆਂ ਨੂੰ ਯੈਸ ਸਰ ਪਸੰਦ ਆਇਆ ਯੈਸ ਸਰ ਇੱਕ ਵਾਰ ਫਿਰ ਸਾਡੇ ਟੀਚਰਾਂ ਲਈ ਤੁਹਾਡੇ ਟੀਚਰਾਂ ਲਈ ਤੇ ਦੁਨੀਆ ਦੇ ਤਮਾਮ ਟੀਚਰਾਂ ਲਈ ਜ਼ੋਰਦਾਰ ਤਾੜੀਆਂ ਵੀਰਪਾਲ ਮੈਡਮ ਲਾਓ ਜੀ ਵੀਰਪਾਲ ਮੈਡਮ ਸਰ ਲਾ ਰਹੇ ਜੀ ਵੀਰਪਾਲ 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 ਮੈਮ ਨਾਟਕ ਦੇਖਿਆ ਤੁਸੀਂ ਐਵੇਂ ਇੱਕ ਦੋ ਮਿੰਟ ਗੱਲਾਂ ਹੀ ਕਰਨੀਆਂ ਬਸ ਐਂ ਬੈਠੇ ਰਹੋ ਵੀਰ ਅੱਛਾ ਦੋਸਤੋ ਨਾਟਕ ਸਮਝ ਆਇਆ ਨਾ ਪੱਕਾ ਫਿਰ ਐਨਰਜੀ ਹੈ ਸਰ ਵੈਰੀ ਗੁੱਡ ਬਸ ਹੋਰ ਤਾਂ ਕੋਈ ਬੜੀ ਜ਼ਿਆਦਾ ਗੱਲ ਨਹੀਂ ਕਰਨੀ ਇੰਨਾ ਹੀ ਮੈਸੇਜ ਲਾਉਣ ਆਏ ਸੀ ਕਿ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥੀਏਟਰ ਐਂਡ ਟੈਲੀਵਿਜ਼ਨ ਡਿਪਾਰਟਮੈਂਟ ਚੋਂ ਜਿੱਥੇ ਐਕਟਿੰਗ ਸਿਖਾਉਂਦੇ ਆ ਉੱਥੋਂ ਪਾਸ ਆਊਟ ਆ ਜ਼ਿੰਦਗੀ ਵਿੱਚ ਕਾਮਯਾਬ ਵੀ ਇਸ ਟਾਈਮ ਟੀਚਰਾਂ ਦੀ ਗੱਲ ਮੰਨੀ ਸੀ ਤਾਂ ਕਾਮਯਾਬ ਆ ਬਸ ਇੰਨਾ ਹੀ ਕਹਿਣਾ ਚਾਹੁੰਦੇ ਆ ਜੇ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਕੋਈ ਡਾਕਟਰ ਬਣਨਾ ਚਾਹੁੰਦਾ ਕੋਈ ਇੰਜੀਨੀਅਰ ਬਣਨਾ ਚਾਹੁੰਦਾ ਕੋਈ ਅਧਿਆਪਕ ਬਣਨਾ ਚਾਹੁੰਦਾ ਹੋਊਗਾ ਤਾਂ ਆਪਦੇ ਟੀਚਰਾਂ ਦਾ ਲੜਨਾ ਛੱਡੋ ਜੇ ਉਹਨਾਂ ਦਾ ਕਹਿਣਾ ਮੰਨੋ ਜੇ ਤਾਂ ਜ਼ਿੰਦਗੀ ਵਿੱਚ ਤੁਸੀਂ ਵੀ ਕਾਮਯਾਬ ਹੋਵੋਗੇ ਇਸ ਟਾਈਮ ਅਸੀਂ ਇੱਕ ਬਾਲੀਵੁੱਡ ਫਿਲਮ ਕਰਕੇ ਹਟੇ ਹਾਂ ਚਮਕ ਇਸ ਤੋਂ ਪਹਿਲਾਂ ਆਪਰੇਸ਼ਨ ਪਰਿੰਦੇ ਜ਼ਿੱਦ ਕਾਕਾ ਪ੍ਰਧਾਨ ਕਿਸਮਤ ਤੂੰ ਉਹਦੇ ਵਿੱਚ ਅਸੀਂ ਹੁਣ ਤੱਕ ਰੋਲ ਕਰ ਚੁੱਕੇ ਹਾਂ ਕਿਹਦੀ ਬਦੌਲਤ ਆਪਦੇ ਟੀਚਰਾਂ ਦੀ ਬਦੌਲਤ ਵੱਡੇ ਰੋਲ ਨਹੀਂ ਪਰ ਸਾਡੀ ਸ਼ੁਰੂਆਤ ਹੋ ਚੁੱਕੀ ਆ ਕਿਹਦੀ ਬਦੌਲਤ ਸਾਡੇ ਟੀਚਰਾਂ ਦੀ ਬਦੌਲਤ ਅਸੀਂ ਐਮਏ ਕਰ ਲਈ ਆ ਐਮਏ ਕਰਨ ਤੋਂ ਬਾਅਦ ਯੂਨੀਵਰਸਿਟੀ ਨੇ ਸਾਨੂੰ ਡਿਗਰੀਆਂ ਪੜਾ ਦਿੱਤੀਆਂ ਕਿ ਤੁਸੀਂ ਪੋਸਟ ਗ੍ਰੈਜੂਏਸ਼ਨ ਕਰ ਲਈ ਆ ਹੁਣ ਤੁਸੀਂ ਜਾ ਸਕਦੇ ਹੋ ਪਰ ਇਹ ਨਹੀਂ ਦੱਸਿਆ ਇਹਨਾਂ ਡਿਗਰੀਆਂ ਦਾ ਕਰਨਾ ਕੀ ਆ ਇਹਨਾਂ ਸਰਟੀਫਿਕੇਟ ਦਾ ਕੀ ਕਰਨਾ ਨਾ ਤਾਂ ਕਿਸੇ ਸਕੂਲ ਵਿੱਚ ਜੌਬ ਆ ਤੇ ਨਾ ਕਿਸੇ ਕਾਲਜ ਵਿੱਚ ਜੌਬ ਆ ਪਰ ਸਾਡੇ ਟੀਚਰਾਂ ਨੇ ਸਾਡੇ ਐਚਓਡੀ ਜਸਪਾਲ ਕੌਰ ਦਿਓਲ ਉਹਨਾਂ ਨੇ ਸਾਨੂੰ ਡੋਲਣ ਨਹੀਂ ਦਿੱਤਾ ਕਹਿੰਦੇ ਫਿਰ ਕੀ ਆ ਜੌਬ ਨਹੀਂ ਗਾ ਤੁਸੀਂ ਐਕਟਰ ਬਣਨਾ ਨਾ ਫਿਲਮਾਂ ਜਾਓ ਕੰਮ ਕਰੋ ਸਾਨੂੰ ਆਡੀਸ਼ਨ ਤੇ ਜਾਣਾ ਸਿਖਾਇਆ ਸਾਨੂੰ ਐਕਟਿੰਗ ਸਿਖਾਈ ਸਾਨੂੰ ਨਾਟਕ ਸਿਖਾਏ ਨੁੱਕੜ ਨਾਟਕ ਕਿਵੇਂ ਕੀਤੇ ਜਾਂਦੇ ਆ ਉਹ ਸਿਖਾਏ ਸਾਨੂੰ ਜ਼ਿੰਦਗੀ ਵਿੱਚ ਕਾਮਯਾਬ ਕੀਤਾ ਸਾਡੇ ਟੀਚਰਾਂ ਨੇ ਜੇ ਤੁਸੀਂ ਵੀ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਮੇਰੀ ਗਰੰਟੀ ਆ ਬਈ ਕੱਲਾ ਕੱਲਾ ਬੰਦਾ ਜਿਹੜਾ ਮੇਰੀ ਆਵਾਜ਼ ਸੁਣ ਰਿਹਾ ਕਾਮਯਾਬ ਹੋ ਸਕਦਾ ਜੇ ਤੁਹਾਡੇ ਦਿਲ ਵਿੱਚ ਸ਼ਿੱਦਤ ਆ ਤਾਂ ਕਿਸੇ ਟੀਚਰ ਦਾ ਕਹਿਣਾ ਮੰਨੋਗੇ ਕਿਸੇ ਵੀ ਟੀਚਰ ਨੂੰ ਕਹਿ ਦੋਗੇ ਮੈਂ ਡਾਕਟਰ ਬਣਨਾ ਦੱਸੋ ਮੈਂ ਕੀ ਕਰਨਾ ਉਹ ਤੁਹਾਨੂੰ ਸਾਰਾ ਕੁਝ ਦੱਸ ਦੂਗਾ ਪਰ ਤੁਹਾਡੇ ਦਿਲ ਵਿੱਚ ਸ਼ਿੱਦਤ ਹੋਣੀ ਚਾਹੀਦੀ ਆ ਪੜ੍ਹਨ ਦੀ ਮਿਹਨਤ ਕਰਨ ਦੀ ਤੁਸੀਂ ਬਣੋਗੇ ਬਈ ਮੇਰੀ ਗਰੰਟੀ ਆ ਮੈਂ ਐਕਟਰ ਬਣਨਾ ਚਾਹੁੰਦਾ ਸੀ ਇਸ ਟਾਈਮ ਐਕਟਰ ਬਣ ਗਿਆ ਫਿਲਮਾਂ ਵੀ ਕਰ ਰਿਹਾ ਨਾਟਕ ਵੀ ਕਰ ਰਿਹਾ ਤੇ ਘਰਦਿਆਂ ਨੂੰ ਪੈਸੇ ਵੀ ਦੇ ਰਿਹਾ ਚੰਗੀ ਅਰਨਿੰਗ ਕਰ ਰਿਹਾ ਨਾ ਤਾਂ ਐਮਏ ਕਰਨ ਤੋਂ ਬਾਅਦ ਮੈਂ ਮੋੜਾਂ ਤੇ ਖੜ ਕੇ ਲੋਕਾਂ ਨੂੰ ਲੁੱਟਿਆ ਨਾ ਗੈਂਗਸਟਰ ਬਣਿਆ ਮੈਂ
ना नशे करके लोगों लुटिया, मैं वधिया जिंदगी बतीत कर रहा बई। मेरे घर दे भी खुश आ, शायद रब भी खुश होगा, तो मेरे एच ओ डी जसपाल कौर दयाल जिन्होंने सानू एक्टिंग सिखाई आ, एम ए कराई है सानू एक्टिंग की, फिल्मों में काम करना सिखाया, ऑडिशन पर जाना सिखाया, वो भी खुश होणगे, सारे खुश होणगे। जे तुसी भी इदां दी जिंदगी जीना चाहुंदे हो, आपदे टीचरां दी गल मन्नो जी बई, वड्डा भरा होने के नाते मैं तुहानू कह रहा समझा रहा, जिंदगी में काम आऊगा तुहाडे बई जे टीचरां दी गल मन्नो। भावें डॉक्टर बनना, भावें कोई भी डिग्री हासिल करनी आ, कोई भी जॉब लैनी आ, एक टीचर विचो होकर गुजरना पेगा तुम। यह नहीं कि तुम घर की हेल्प लैके या पैसे भर के सीधा कितने कोई भी नौकरी लैनोगे, नहीं, तुम्हें टीचर को होकर गुजरना पेगा। तो टीचर एक ऐसा व्यक्ति हों अपने जिंदगी जिदा कोई स्वार्थ नहीं जुड़िया हों। मेरे टीचर ने मैंने जो सिखाया, तो यह नहीं कह रहे कि तू फिल्म जिन्ने कमा रहा वो तो अद्धा मैं मैं सिखाया ना, थोड़े टीचर ने तुम्हें कहना कोई स्वार्थ नहीं जुड़िया। जे थोड़ू झड़कणगे, थोड़ू कुछ समझाएंगे तो थोड़े फायदे लिए होगा, तुम नौकरी से लग जाओगे कल को, किसी टीचर ने यह नहीं कहना कि मैं तुम्हें पढ़ाया सी तो मैंने उत्ते पैसे दे, नहीं, कोई स्वार्थ नहीं जुड़िया। जे तुम्हें कोई झड़कता, थोड़ा कोई गल समझा तो थोड़े फायदे लिए है बई। हूँ सुन लो, मेरे भी बहुत पईया, मेरे तो जसपाल कौर दयाल एच डी एम ए करने वेले भी पईया, तो मैं माण आ कि मेरे पईया मैं पईया, तो असी शरारत करके, ये नहीं कि असी जो काम दिता वो नहीं किया, शरारत करके, शरारती स्टूडेंट हाँ मैं, शरारत जरूर जरूर हैगा पर बदतमीज नहीं गा मैं, शरारत करता सी फुल करता सी हुण भी करते हैं। तुसी भी शरारत जिन्हें मर्जी बन जाओ, जे बदतमीज ना बने जे आपके टीचर की गल मनो जे जिंदगी में सारे कामयाब होंगे बई। इन्नी गल कहनी सी, एक बेनती साडी होर आ कि साडा इंस्टाग्राम ते पेज आ बई टॉप 2022 TOP टॉप TWO2 2022 बिना स्पेस तो, जिहड़ा भी बच्चा इंस्टाग्राम चलाउंदा वो जाके जरूर फॉलो करो जी बई। असी इतों ही इंस्टाग्राम के फॉलोअर लेने वीरे, साडे कोल असी एमी विरक नहीं, इस टाइम दलजीत नहीं, जां वड्डे कोई कलाकार नहीं, हजे साडी शुरुआत आ, ठीक है, साडी ऑडियंस तुसीं हो, थोड़ी सपोर्ट चाहिए सानू, सानू इंस्टाग्राम से जाके जरूर सपोर्ट करो जी, फॉलो करो जी, शेयर करो जी, टॉप 2022 TOP टॉप TWO2 2022। तो एक लास्ट से बेनती आ कि गुरशरण बाबे की विधा भी आ, नुक्कड़ नाटकां करन तों बाद असी एक बैग रखा इतने, जो कोई सानू डोनेशन करना चाहता, सानू एप्रीशिएट करना चाहता तो कर सकता, इतने 10, 20, 50, 100, 500 जिन्ना किसी का दिल करता। तो मैनेजमेंट में तो मैं हक ना कहूँगा, स्कूल दी नू अध्यापकों हक ना कहूँगा, बच्चों को जो नहीं है कोई दिक्कत नहीं बई, नाटक देखा उसके लिए बहुत बहुत धन्यवाद तुहाडा, जे कोई सानू करना चाहता वो कर सकता, जे किसी ने नहीं भी करना वो भी कोई चक्कर नहीं है बई, बहुत बहुत धन्यवाद तुहाडा। एक बार खास करके ना थोड़े प्रिंसीपल सर करके मैं उन्होंने एक बार जोरदार ताड़ियां मरवाना चाहता, जो अभी मिलते हैं ना टीचरों का भी कोई कसूर नहीं, प्रिंसीपल सर जो भी सू मिलते उन्होंने कोई कसूर नहीं, जो पता नहीं उन्होंने बच्चों को दिखाना, वो सोचते शायद जादू दिखाने वाले आए या जा पता नहीं की मिसगाइड ना कर जाना। सर ने सानू पहली बारी जो असं मिले उदो ही कहता असैम्बली चाहिए जे 1.5 महीने बाद अज आए हैं, अब असैम्बली असी असैम्बली टाइम तो पहले आ गए थे, सर कहता हमने कर लो, तो इन्होंने यार जोरदार ताड़ियां मार दो, सोचते हैं